ਸਤਿ ਸ਼੍ਰੀ ਅਗਰਵਾਲ ਚੈਨਲ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਅਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਡਿਸਕਸ ਕਰਾਂਗੇ ਪੰਜਾਬੀ ਕੰਪਲਸਰੀ ਦਾ ਪੇਪਰ ਜੋ ਕਿ BBA ਸਮੈਸਟਰ ਚੌਥੇ ਵਾਸਤੇ ਯੂਜ਼ਫੁੱਲ ਹੈਗਾ। ਭਾਗ ਊੜਾ ਵਿੱਚ ਹੈਗਾ, ਹੇਠ ਲਿਖੇ ਕਿਸੇ ਇੱਕ ਕਵਿਤਾ ਦਾ ਵਿਸ਼ਾ ਵਸਤੂ ਸਾਰ ਲਿਖੋ। ਲੀਡਰੀ ਦੀ ਫਿੱਕ, ਦੁਨੀਆ, ਅਸੀਂ ਨਾਨਕ ਦੇ ਕੀ ਲੱਗਦੇ ਹਾਂ, ਅਤੇ ਇਹਨਾਂ ਵਿੱਚੋਂ ਇੱਕ ਤੁਸੀਂ ਕਵਿਤਾ ਦਾ ਵਿਸ਼ਾ ਵਿਸਤੋ ਜਾਂ ਸਾਰ ਲਿਖਣਾ ਹੈ। ਹੁਣ ਆਪਾਂ ਦੇਖਦੇ ਹਾਂ ਭਾਗ ਕੁਸ਼ਚਨ ਨੰਬਰ ਦੂਜਾ ਜਿਹੜਾ ਹੈਗਾ, ਹੇਠ ਲਿਖੇ ਕਵੀ ਬੰਧ ਵਿੱਚੋਂ ਕਿਸੇ ਦੋ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਊੜਾ, ਐੜਾ, ਈੜੀ ਅਤੇ ਸੱਸਾ, ਚਾਰ ਆਪਾਂ ਨੂੰ ਦਿੱਤੇ ਹੋਏ ਆ ਅਤੇ ਇਹਨਾਂ ਦੇ ਵਿੱਚੋਂ ਆਪਾਂ ਦੋ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈਗੀ ਹੈ। ਤਾਂ ਜਲਦੀ ਨਾਲ ਇਹਦਾ ਸਕਰੀਨਸ਼ੋਟ ਲੈ ਲਓ, ਇੱਧਰ ਵੀ ਲੈ ਲਓ। ਹੁਣ ਆਪਾਂ ਦੇਖਦੇ ਹਾਂ ਕੁਸ਼ਚਨ ਨੰਬਰ ਤੀਜਾ ਜਿਹੜਾ ਕਿ ਇੰਗਲਿਸ਼ ਦੇ ਵਿੱਚ, ਇੰਗਲਿਸ਼ ਦਾ ਪੈਰਾਗ੍ਰਾਫ ਦਿੱਤਾ ਹੋਇਆ ਆਪਾਂ ਨੂੰ ਅਤੇ ਪੰਜਾਬੀ 'ਚ ਆਪਾਂ ਉਹਦੀ ਟ੍ਰਾਂਸਲੇਸ਼ਨ ਕਰਨੀ ਹੈਗੀ ਹੈ। ਗਲੋਬਲ ਵਾਰਮਿੰਗ ਇਜ਼ ਦਾ ਪ੍ਰੋਸੈਸ ਇਨ ਵਿੱਚ ਦੀ ਅਰਥ ਟੈਂਪਰੇਚਰ ਸਟਾਰਟ ਰਾਈਜ ਇਨਕਰੀਜ਼ਿੰਗ। ਦਿਸ ਹੈਪਨ ਬਿਕੋਜ ਇੰਡਸਟਰੀ, ਫੋਸਲ ਫਿਊਲ, ਐਗਰੀਕਲਚਰ ਪ੍ਰੋਸੈਸ ਇਜ਼ ਕੋਜ਼ਡ ਬਾਈ ਹਿਊਮਨ ਨੈਚੁਰਲ ਐਂਡ ਅਦਰ ਗੈਸ ਅਮਿਸ਼ਨ। ਦਿਸ ਫੈਕਟਰ ਇਨਕਰੀਜ਼ਿਸ ਗ੍ਰੀਨ ਹਾਊਸ ਗੈਸਿਸ। ਗ੍ਰੀਨ ਹਾਊਸਿਸ ਗੈਸਿਸ ਆਰ ਮੇਡ ਅਪ ਆਫ ਕਾਰਬਨ ਡਾਈਆਕਸਾਈਡ, ਮਿਥੇਨ ਐਂਡ ਨਿਟਰਸ ਆਕਸਾਈਡ। ਦੀ ਗ੍ਰੀਨ ਹਾਊਸ ਗੈਸਿਸ ਸਟੇ ਇਨ ਦਾ ਐਟਮੋਸਫੇਅਰ ਐਂਡ ਪ੍ਰੀਵੈਂਟ ਦੀ ਸਨਸ ਵਾਰਮਿੰਗ ਰੇ ਟੂ ਲੀਵ ਦੀ ਅਰਥ। ਸੋ ਦੀ ਸਨਸ ਵਾਰਮਿੰਗ ਰੇ ਸਟੇ ਇਨਸਾਈਡ ਦੀ ਅਰਥ, ਇਨਕਰੀਜ਼ਿੰਗ ਦੀ ਐਵਰੇਜ ਟੈਂਪਰੇਚਰ। ਗਲੋਬਲ ਵਾਰਮਿੰਗ ਇਜ਼ ਨੋਟ ਦੀ ਐਂਡ ਆਫ ਦੀ ਵਰਲਡ, ਇਟਸ ਅ ਜਸਟ ਅ ਨੈਚੁਰਲ ਪ੍ਰੋਸੈਸ ਇਨ ਵਿੱਚ ਦੀ ਅਰਥ ਕਲੀਨਸ ਔਰ ਰਿੰਸਿਸ ਔਰਗਨਿਜ਼ਮ। ਅਤੇ ਇਹਨੂੰ ਤੁਸੀਂ ਪੰਜਾਬੀ ਵਿੱਚ ਅਨੁਵਾਦ ਕਰਨਾ ਹੈਗਾ। ਅਤੇ ਕੁਸ਼ਚਨ ਨੰਬਰ ਚੌਥਾ ਦੇਖੋ, ਹੇਠ ਲਿਖੇ ਵਿੱਚੋਂ ਕੋਈ ਇੱਕ ਪ੍ਰਸ਼ਨ ਕਰੋ। ਗੁਰਮੁਖ ਲਿਪੀ ਦੀਆਂ ਵਿਸ਼ੇਸ਼ਤਾਵਾਂ 'ਤੇ ਚਾਨਣਾ ਪਾਓ। ਕੀ ਪੰਜਾਬੀ ਭਾਸ਼ਾ ਵਿੱਚ ਸ਼ਬਦ ਜੋੜਾਂ ਦਾ ਮਿਆਰੀਕਰਨ ਹੋ ਚੁੱਕਿਆ ਹੈ? ਦਲੀਲਾਂ ਸਹਿਤ ਉੱਤਰ ਦਿਓ। ਭਾਗ ਈੜੀ ਵਿੱਚ ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਇਹ ਕੰਪਲਸਰੀ ਕੁਸ਼ਚਨ ਹੈਗਾ। ਸਮਾਂ ਕਵਿਤਾ ਵਿੱਚ ਸਮੇਂ ਦੇ ਸੁਭਾਅ ਬਾਰੇ ਕੀ ਕਿਹਾ ਗਿਆ ਹੈ? ਬਸੰਤ ਕਵਿਤਾ ਵਿੱਚ ਪੰਛੀ ਕਿਹੜਾ ਰਾਗ ਗਾਉਂਦੇ ਦਰਸਾਏ ਗਏ ਹਨ? ਕਵੀ ਭਾਰਤ ਮਾਤਾ ਦੇ ਸੱਚੇ ਪੁੱਤਰਾਂ ਨੂੰ ਦੇਸ਼ ਲਈ ਕੀ ਕੁਝ ਕਰਨ ਲਈ ਕਹਿੰਦਾ ਹੈਗਾ? ਉਸਦਾ ਹਾਰ ਕਵਿਤਾ ਵਿੱਚ ਕਵੀ ਮੁਹੱਬਤ ਤੋਂ ਕੀ ਇੱਛਾ ਕਰਦਾ ਹੈ? ਕਵੀ ਆਪਣੀ ਮਿੱਟੀ ਵਿੱਚ ਆਪਣਾ ਹੀ ਆਪਣੀ ਬਿਰਫ ਕਿਉਂ ਉਗਾਉਣਾ ਚਾਹੁੰਦਾ, ਬਿਰਛ ਕਿਉਂ ਉਗਾਉਣਾ ਚਾਹੁੰਦਾ ਹੈਗਾ, ਦਰਖਤ ਕਿਉਂ ਉਗਾਉਣਾ ਚਾਹੁੰਦਾ ਹੈਗਾ? ਕੰਡਿਆਲੀ ਥੋੜ ਕਵਿਤਾ ਦਾ ਵਿਸ਼ਾ ਕੀ ਹੈ? ਮਾਂ ਨੇ ਪਹਿਲੀ ਅਰਦਾਸ ਕਿੱਥੇ ਅਤੇ ਕਿਉਂ ਕੀਤੀ? ਮਾਮੀ ਦੀ ਸ਼ਾਹਕੋਟੀ ਫੇਰੀ ਕਵਿਤਾ 'ਚ ਸਾਰਾ ਟੱਬਰ ਕਿਉਂ ਹੱਸ ਪੈਂਦਾ ਹੈ? ਪੰਜਾਬੀ ਵਿੱਚ ਯਾਦ ਦੀ ਵਰਤੋਂ ਦੇ ਕੀ ਨਿਯਮ ਹਨ? ਮੁਕਤਾ ਲੱਗ ਕੀ ਹੁੰਦਾ ਹੈ? ਉਦਾਹਰਣ ਦਿਓ। ਪੰਜਾਬ ਵਿੱਚ ਕਿਹੜੇ ਕਿਹੜੇ ਲਗਾਖਰ ਹਨ? ਉਦਾਹਰਣ ਦਿਓ। ਗੁਰਮੁਖੀ ਦੇ ਨਾਲ ਪੰਜਾਬੀ ਦਾ ਕੀ ਰਿਸ਼ਤਾ ਹੈ? ਕੀ ਗੁਰਮੁਖ ਲਿਪੀ ਨੂੰ ਘੜਨ ਲਈ ਕਿਸੇ ਗੁਰੂ ਸਾਹਿਬ ਦਾ ਰੋਲ ਹੈ? ਗੁਰਮੁਖੀ ਲਿਪੀ ਦਾ ਵਿਕਾਸ ਕਿਸ ਪੁਰਾਤਨ ਲਿਪੀ ਵਿੱਚੋਂ ਹੋਇਆ ਹੈ? ਹੇਠ ਲਿਖੇ ਸ਼ਬਦਾਂ ਦੇ ਸ਼ੁੱਧ ਸ਼ਬਦ ਜੋੜ ਲਿਖੋ। ਜੀਭ, ਗਹਿਣਾ, ਐਨਕ ਅਤੇ ਇਮਾਨ।